ਕਮ ਟੂ 올 ਆਫ ਯੂ ਅੱਜ ਆਪਾਂ ਗੱਲ ਕਰਨੀ ਹੈਗੀ ਆ ਆ ਇਸਪਿੰਗ ਪਾਰਟ 1 ਦੀ ਤਾਂ ਆਪਣੇ ਕੋਲ ਜਿਹੜਾ ਟਾਪਿਕ ਹੈਗਾ ਸਪੈਂਿੰਗ ਟਾਈਮ ਵਿਦ ਆਦਰਸ ਤਾਂ ਇਹਦੇ ਵਿੱਚ ਆਪਾਂ ਜਿਹੜੀ ਵੋਕੈਬ ਦੀ ਗੱਲ ਕਰਾਂਗੇ ਕਿ ਕਿਹੜੀ ਵੋਕੈਬ ਜਿਹੜੀ ਸੂਟੇਬਲ ਆ ਇਸ ਪਾਰਟ ਲਈ ਤਾਂ ਆਪਾਂ ਗੱਲ ਕਰਦੇ ਹੈਗੇ ਆ do you like to talking with people the first question vich apan ohnu inni simply puchhe ke tusi jada people nu like matlab ke ohna naal gal baat karna pasand karde ha ya nahi karde theek hai ta ap ehde vich answer dasna hai ga te ik tusi matlab ke jadon simply question puchhe ta naal why ya how tusi aap hi add kar lena har ik de vich reason dasna hai dasna ta hun ap ithe bolange yes tusi ik word zarur use karna jadon ohnu puchhe do you like theek hai ta ehde layi tusi yes keh sakde ha na of course keh sakde jo vi tusi ha na matlab ke ik word use karna ਤਾਂ ਜਿਹੜਾ ਕਿ ਆਨਸਰ ਕਰੇ ਹੈ ਨਾ ਆਪਣੇ ਕੁਐਸਚਨ ਨੂੰ ਯੈਸ ਆਈ ਏਮ ਗੈਰੂਲਸ ਐਂਡ ਗਰਗੇਰੀਅਸ ਪਰਸਨ ਇਨ ਜਿਹੜਾ ਹੈਗਾ ਆਈ ਏਮ ਗੈਰੂਲਸ ਐਂਡ ਗਰਗੇਰੀਅਸ ਪਰਸਨ ਦਾ मीनिंग ਹੁੰਦਾ ਹੈਗਾ ਵੀ ਸੋਸ਼ਲ ਪਰਸਨ ਜਿਹੜਾ ਕਿ ਜਿਹਨੂੰ ਮਤਲਬ ਪਸੰਦ ਹੋਵੇ ਹੈ ਨਾ ਲੋਕਾਂ ਨਾਲ ਕੋਲ ਨਾ ਮਿਲਣਾ ਤਾਂ ਇਹ ਇੱਕ ਵੋਕੈਬ ਦਾ ਵਰਡ ਹੈ ਤੁਸੀਂ ਨੋਟ ਕਰ ਸਕਦੇ ਆ ਇਨ ਫੈਕਟ ਆਈ ਟਾਕ ਵਿਦ ਮਾਈ ਬਰਡੀਸ ਔਨ ਡੇਲੀ ਬੇਸਿਸ ਤੇ ਉਹ ਕਹਿੰਦਾ ਇਨਫੈਕਟ ਮੈਂ ਤਾਂ ਆਪਣੇ ਜਿਹੜੇ ਬodies ਨਾਲ ਫਰੈਂਡਸ ਨਾਲ ਹਨਾ ਤਾਂ ਉਹ ਮਤਲਬ ਕਿ ਡੇਲੀ ਬੇਸਿਸ ਤੇ ਗੱਲ ਕਰਦਾ ਹੀ ਰਹਿਣਾ ਤਾਂ ਆਪਾਂ ਮਤਲਬ ਕਿ ਉਂਝੀ ਗੱਲਾਬਾਤਾਂ ਕਰਦੇ ਹੀ ਆਪਣੇ ਫਰੈਂਡਸ ਨਾਲ ਤਾਂ ਨੈਕਸਟ ਕੁਐਸਚਨ ਵਿੱਚ ਆਪਾਂ ਨੂੰ ਪੁੱਛਿਆ ਹਾਊ ਡੂ ਯੂ ਲਾਈਕ ਟੂ ਸਪੈਂਡਿੰਗ ਟਾਈਮ ਵਿਦ ਯੋਰ ਫਰੈਂਡਸ ਤਾਂ ਹੁਣ ਆਪਾਂ ਜਿਹੜਾ ਫਰਸਟ ਵਿੱਚ ਬੜੀ ਯੂਜ਼ ਕਰ ਲਿਆ ਸੀ ਹਨਾ ਤੇ ਆਪਾਂ ਇੱਥੇ ਉਹਨੇ ਫਰੈਂਡਸ ਪੁੱਛਿਆ ਹੈਗਾ ਹਨਾ ਤਾਂ ਅੱਗੇ ਆਪਾਂ ਹੁਣ ਕਰਾਂਗੇ ਜੇ ਫਰੈਂਡਸ ਆਪਾਂ ਨੂੰ ਪੁੱਛਿਆ ਹੈਗਾ ਤਾਂ ਆਪਾਂ ਹੁਣ ਜਿਹੜਾ ਕੋਈ ਹੋਰ ਵਰਡ ਇਹਦੇ ਲਈ ਯੂਜ਼ ਕਰ ਸਕਦੇ ਫਰੈਂਡਸ ਦੀ ਆਪਾਂ ਕਰਾਂਗੇ ਤਾਂ ਆ ਆਈ ਗਿਵ ਪ੍ਰੀਫਰੈਂਸ ਟੂ ਟਰੈਵਲਿੰਗ ਵਿਦ ਬਰਡੀਸ ਤਾਂ ਮੈਂ ਜਿਹੜਾ ਪ੍ਰੀਫਰੈਂਸ ਦਿੰਨਾ ਟਰੈਵਲਿੰਗ ਨੂੰ ਵਿਦ ਮਤਲਬ ਕਿ ਆਪਣੇ ਫਰੈਂਡਸ ਨਾਲ ਬਰਡੀਸ ਨਾਲ ਐਸ ਆਈ ਐਮ ਅ ਹਾਰਡ ਆਫ ਫਾਈਲ ਪਰਸਨ ਹਾਰਡ ਆਫ ਫਾਈਲ ਤੇ ਇਹਦਾ ਮਤਲਬ ਹੁੰਦਾ ਹੈਗਾਗਾ ਵੀ ਜਿਹੜੇ ਬੰਦੇ ਨੂੰ ਟਰੈਵਲ ਪਸੰਦ ਹੋਵੇ ਟਰੈਵਲ ਦਾ ਸ਼ਕੀਨ ਹੋਵੇ ਠੀਕ ਆ ਉਹਦੇ ਲਈ ਹਾਰਡ ਆਫ ਫਾਈਲ ਤੇ ਇੱਕ ਆਪਾਂ ਟਰੈਵਲ ਫ੍ਰੀਕ ਵੀ ਕਹਿ ਸਕਦੇ ਆ ਠੀਕ ਆ ਉਹ ਤਾਂ ਉਹਦੇ ਵਿੱਚ ਮੈਂ ਜਿਹੜੇ ਤੁਹਾਨੂੰ ਦੱਸਿਆ ਹੈਗਾ ਨਾ ਵਰਡਸ ਦੱਸੇ ਹੈਗੇ ਇੱਕ ਵੀਡੀਓ ਬਣਾਈ ਹੈਗੀ ਸਪੈਸ਼ਲ ਉੱਥੇ ਤੋਂਰ ਵਿੱਚ ਤੁਹਾਨੂੰ ਵੋਕੈਬ ਦੇ ਵਰਡ ਮਿਲ ਜਾਣਗੇ ਤਾਂ ਤੁਸੀਂ ਉਹ ਜਾ ਕੇ ਦੇਖ ਸਕਦੇ ਆ ਪਰਸਨ ਐਜ਼ ਵੈਲ ਐਜ਼ ਸਮ ਟਾਈਮ ਆਈ ਗੋ ਆਊਟਸਾਈਡ ਵਿਦ ਫਰੈਂਡਸ ਫॉर ਡਿਨਰ ਤਾਂ ਕਈ ਵਾਰੀ ਉਹ ਕਹਿੰਦਾ ਵੀ ਮੈਂ ਮਤਲਬ ਜ਼ਿਆਦਾਤਰ ਮੈਂ ਜਿਹੜੀ ਹੈ ਨਾ ਪ੍ਰੈਫਰੈਂਸ ਦਿੰਦਾ ਵਾਂ ਟਰੈਵਲਿੰਗ ਨੂੰ ਤੇ ਬਟ ਕਈ ਵਾਰੀ ਮੈਂ ਮਤਲਬ ਕਿ ਆਊਟਸਾਈਡ ਵੀ ਚਲੇ ਜਾਂਦਾ ਵਾਂ ਆ ਫਰੈਂਡਸ ਨਾਲ ਕਾਲ ਕੀ ਕਰਨ ਡਿਨਰ ਵਾਸਤੇ ਠੀਕ ਆ ਤਾਂ ਤੁਸੀਂ ਇਹ ਵੀ ਕਹਿ ਸਕਦੇ ਆ ਕਿ ਮੂਵੀ ਦੇਖਣ ਲਈ ਮੈਂ ਥੀਏਟਰ ਚ ਜਾਣਾ ਜਾਂ ਆਪਣੇ ਫਰੈਂਡਸ ਨਾਲ ਕੁਝ ਵੀ ਤੁਸੀਂ ਇਹਦੇ ਲਈ ਕੋਈ ਵੀ ਯੂਜ਼ ਕਰ ਸਕਦੇ ਆ ਤਾ ਅੱਗੇ ਆਪਣੇ ਕੋਲੇ ਹੈਗਾ ਊਡ ਯੂ ਪ੍ਰੀਫਰ ਪ੍ਰੇਫਰ ਟੂ ਸਟੱਡੀ ਅਲੋਨ অর ਵਿਦ ਅਦਰਸ ਕੀ ਤੁਸੀਂ ਜਿਹੜੀ ਮਤਲਬ ਕਿ ਗਰੁੱਪ ਸਟੱਡੀ ਹੁੰਦੀ ਤੁਸੀਂ ਉਹ ਪਸੰਦ ਕਰਦੇ ਹੋ ਜਾਂ ਇਕੱਲੇ ਬੈਠ ਕੇ ਪਸੰਦ ਕਰਦੇ ਹੋ ਹਨ ਤਾਂ ਇਹਦੇ ਵਿੱਚ ਤੁਸੀਂ ਜਿਹੜਾ ਆਪਣਾ ਪਰਸਨਲ ਓਪੀਨੀਅਨ ਦੇਣਾ ਹੈਗਾ ਤਾਂ ਮੈਂ ਇੱਥੇ ਦੱਸਿਆ ਵਾ ਟੂ ਬੀ ਓਨੈਸਟ ਆਈ ਪ੍ਰੀਫਰ ਸਟੱਡੀ ਅਲੋਨ ਕਿਉਂਕਿ ਜ਼ਿਆਦਾਤਰ ਬੱਚਿਆਂ ਨੂੰ ਜਿਹੜੀ ਸਟੱਡੀ ਅਲੋਣੀ ਮਤਲਬ ਪਸੰਦ ਹੁੰਦੀ ਆ ਤਾ ਵੀ ਉਹ ਕਹਿੰਦਾ ਮੈਂ ਪ੍ਰੀਫਰ ਕਰਦਾ ਸਟਡੀ ਅਲੋਨ ਬਿਕੋਜ਼ ਕਾਮ ਐਂਡ ਪੀਸਫੁਲ ਤੇ ਕਾਮ ਮੀਨਸ ਸ਼ਾਂਤ ਠੀਕਾ ਜਿਹੜਾ ਸ਼ਾਂਤੀਪੂਕ ਕਾਮ ਐਂਡ ਪੀਸਫੁਲ এনवायरमेंट ਜਿਹੜਾ ਕਿ ਸ਼ਾਂਤੀਪੂਰਵਕ ਹੁੰਦਾ ਵਾ এনवायरमेंट ਹੈਲਪਸ ਟੂ ਕਨਸੈਂਟਰੇਟ ਬੈਟਰ ਔਨ ਮਾਈ ਸਟਡੀ ਤੇ ਜਿਹੜਾ ਇਹ ਹੈਲਪ ਕਰਦਾ ਕਨਸੈਂਟਰੇਟ ਕਰਨਾ ਬੈਟਰ ਵੇ ਨਾਲ ਮੇਰੀ ਸਟਡੀ ਤੇ ਠੀਕ ਹੈ ਜੇ ਤੁਸੀਂ ਇਹ ਯੂਜ਼ ਕਰ ਸਕਦੇ ਆਂ ਤਾਂ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਡੂ ਯੂ ਰਿਮੈਂਬਰ ਅ ਟਾਈਮ ਵੈਨ ਯੂ ਨੀਡ ਟੂ ਕੋਆਪਰੇਟ ਵਿਦ ਅਦਰਸ ਇਹ ਤੁਸੀਂ ਇੱਕ ਛੋਟੀ ਜੀ ਮਤਲਬ ਕਿ ਸਟੋਰੀ ਦੱਸ ਸਕਦੇ ਇਹਦੇ ਵਿੱਚ ਵੀ ਜਿੱਥੇ ਤੁਹਾਨੂੰ ਕੋਆਪਰੇਟ ਕਰਨਾ ਪਿਆ ਤੁਸੀਂ ਕੋਈ ਵੀ ਆਪਣੀ ਜਿਹੜੀ ਲਾਈਫ ਨਾਲ ਰਿਲੇਟ ਕਰਦੀ ਲੈ ਸਕਦੇ ਹੋ ਤਾਂ ਇੱਥੇ ਆਪਾਂ ਦੱਸਿਆ ਯੈਸ ਤਾਂ ਹੁਣ ਡੂ ਯੂ ਰਿਮੈਂਬਰ ਪੁੱਛਿਆ ਨਾ ਆਪਾਂ ਨੂੰ ਤੇ ਆਪਾਂ ਦੱਸਣਾ ਕਿ ਯੈਸ ਆਈ ਰਿਮੈਂਬਰ ਦੈਟ ਟਾਈਮ ਮੈਨੂੰ ਉਹ ਜਿਹੜਾ ਮਤਲਬ ਕਿ ਟਾਈਮ ਯਾਦ ਹੈਗਾ when me and my friends participated in a art ਦੇਖੋ ਆਪਾਂ what is use ਕਰ ਲੈ ਤਾਂ friend ਆਪਾਂ ਇਥੇ ਯੂਜ਼ ਕੀਤਾ ਹੈਗਾ ਹਨਾ ਤਾਂ ਕੋਸ਼ਿਸ਼ ਕਰੋ ਵੀ ਇਹ ਨਹੀਂ ਹੈਗਾ ਕਿ ਜੇ ਆਪਾਂ ਇੱਕ ਵਾਰੀ friends ਬੋਲਦਾ ਤਾਂ ਵੀ ਹੋਰ ਕਿਸੇ ਹੋਰ ਕਿਸੇ ਕੁਐਸਚਨ ਦੇ ਵਿੱਚ friend ਬੋਲਾਂਗੇ ਨਹੀਂ ਇਹ ਗੱਲ ਨਹੀਂ ਹੈਗੀ ਆਪਾਂ ਬੋਲ ਸਕਦੇ ਹਾਂ ਪਰ ਕੋਸ਼ਿਸ਼ ਕਰੋ ਵੀ ਜੇ ਮਤਲਬ ਕਿ 4 ਕੁਐਸਚਨ ਆ ਤਾਂ ਤੁਸੀਂ 3 ਦੇ ਵਿੱਚ ਹਨਾ friends ਨੂੰ ਯੂਜ਼ ਕਰਨਾ ਤਾਂ ਤੁਸੀਂ ਇੱਕ ਦੇ ਵਿੱਚ friends ਕਰ ਦੋਆਂ ਵਿੱਚ friends ਕਰ ਲਏ ਇੱਕ ਚ ਬੜੀਜ਼ ਕਰ ਲਓ ਹਨਾ ਤਾਂ ਉਹਨਾਂ ਥੋੜਾ ਜਿਹਾ ਆਪਣਾ ਜਿਹੜਾ ਵੇਰੀਏਸ਼ਨ ਆ ਜਾਂਦਾ ਹੈਗਾ yes i remember that time when me and my friends participated in a art competition ta ik competition hoya si jadon mere friends ne te main oh de vich matlab ke participate kita si and because of our cooperation ta merere cooperation nal we got first position in that competition ta jede us competition de vich assi first position lai ta e just ohne puchya siga ke vi kadon oh time thonu yaad hai ta pa time das ta ke jadon assi arts matlab ke art de competition de vich participate kita si ta us time di gal hai gi ha ਤਾਂ ਆਪਣੇ ਕੋਲ ਜਿਹੜੇ ਅੱਜ 4 ਕੁਐਸਚਨ ਸੀਗੇ ਇਸ ਟੌਪਿਕ ਦੇ ਰਿਲੇਟ ਐਂਡ ਥੈਂਕਸ ਫॉर ਵਾਚਿੰਗ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ